ਪਛਤਾਵਾ। ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਵੱਡਿਆਂ ਦੀ ਆਗਿਆ ਦਾ ਪਾਲਣ ਕਰਨ ਦੀ ਸਿੱਖਿਆ ਪ੍ਰਦਾਨ ਕਰਨੀ। ਇੱਕ ਬੜੇ ਵੱਡੇ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਜੰਗਲ ਵਿੱਚ ਹੀ ਇੱਕ ਗੁਫਾ ਬਣੀ ਹੋਈ ਸੀ ਜਿਸ ਵਿੱਚ ਇੱਕ ਸ਼ੇਰ, ਸ਼ੇਰਨੀ ਅਤੇ ਉਹਨਾਂ ਦੇ ਦੋ ਛੋਟੇ ਛੋਟੇ ਬੱਚੇ ਰਹਿੰਦੇ ਸਨ। ਸ਼ੇਰ ਅਤੇ ਸ਼ੇਰਨੀ ਬੱਚਿਆਂ ਨੂੰ ਇਕੱਲੇ ਬਾਹਰ ਘੁੰਮਣ ਲਈ ਨਹੀਂ ਭੇਜਦੇ ਸੀ। ਸਵੇਰੇ ਉਹ ਦੋਵੇਂ ਆਪਣੀ ਪੇਟ ਪੂਜਾ ਵਾਸਤੇ ਨਿਕਲ ਪੈਂਦੇ। ਦੁਪਹਿਰ ਤੱਕ ਉਹ ਵਾਪਸ ਆਪਣੀ ਗੁਫਾ ਵਿੱਚ ਆ ਜਾਂਦੇ। ਗੁਫਾ ਵਿੱਚ ਆ ਕੇ ਉਹ ਆਪਣੇ ਨਾਲ ਲਿਆਂਦੇ ਹੋਏ ਸ਼ਿਕਾਰ ਦਾ ਕੁਝ ਹਿੱਸਾ ਬੱਚਿਆਂ ਨੂੰ ਖਵਾਉਂਦੇ। ਥੋੜ੍ਹੀ ਦੇਰ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਉਹ ਬੱਚਿਆਂ ਨੂੰ ਨਾਲ ਲੈ ਕੇ ਘੁੰਮਣ ਨਿਕਲੇ। ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਘੁੰਮਣ ਨਿਕਲਦੇ ਤਾਂ ਉਹਨਾਂ ਨੂੰ ਵੇਖ ਕੇ ਜੰਗਲ ਦੇ ਹੋਰ ਜਾਨਵਰ ਡਰ ਕੇ ਦੌੜ ਜਾਂਦੇ। ਦੂਸਰੇ ਜਾਨਵਰਾਂ ਨੂੰ ਡਰ ਕੇ ਦੌੜਦੇ ਹੋਏ ਦੇਖ ਕੇ ਸ਼ੇਰ ਦੇ ਬੱਚੇ ਬੜੇ ਖੁਸ਼ ਹੁੰਦੇ। ਕਈ ਵਾਰ ਤਾਂ ਉਹ ਵੀ ਉਹਨਾਂ ਪਿੱਛੇ ਦੌੜ ਪੈਂਦੇ। ਇੱਕ ਵਾਰੀ ਕੁਝ ਹਿਰਨ ਦਰਖਤ 'ਤੇ ਓਹਲੇ ਖੜ੍ਹੇ ਸਨ ਤਾਂ ਸ਼ੇਰ ਦੇ ਬੱਚੇ ਦੌੜਦੇ ਹੋਏ ਉਹਨਾਂ ਵੱਲ ਵਧੇ। ਸਾਰੇ ਹਿਰਨ ਛੂਟ ਵੱਟ ਕੇ ਦੌੜ ਗਏ ਅਤੇ ਕੁਝ ਪਲਾਂ ਬਾਅਦ ਹੀ ਅਲੋਪ ਹੋ ਗਏ। ਸ਼ੇਰ ਦੇ ਬੱਚਿਆਂ ਨੂੰ ਹਿਰਨ ਦੌੜਾ ਕੇ ਬੜਾ ਮਜ਼ਾ ਆਇਆ। ਸ਼ੇਰ ਦਾ ਵੱਡਾ ਬੱਚਾ ਕਈ ਵਾਰੀ ਇਕੱਲਾ ਬਾਹਰ ਘੁੰਮਣ ਲਈ ਕਹਿੰਦਾ ਪਰ ਮਾਂ ਬਾਪ ਉਸ ਨੂੰ ਹਮੇਸ਼ਾ ਰੋਕਦੇ ਅਤੇ ਕਹਿੰਦੇ ਕਿ ਥੋੜ੍ਹਾ ਹੋਰ ਵੱਡਾ ਹੋ ਲੈ, ਫਿਰ ਜਿੱਥੇ ਮਰਜ਼ੀ ਜਾਈਂ। ਇਸੇ ਕਰਕੇ ਸ਼ੇਰ ਸ਼ੇਰਨੀ ਜਦੋਂ ਵੀ ਸਵੇਰੇ ਸ਼ਿਕਾਰ ਲਈ ਨਿਕਲਦੇ ਤਾਂ ਦੋਵਾਂ ਬੱਚਿਆਂ ਨੂੰ ਕਹਿ ਕੇ ਜਾਂਦੇ ਸਮਾਂ ਬੜਾ ਖਰਾਬ ਹੈ, ਬਾਹਰ ਇਕੱਲੇ ਨਾ ਨਿਕਲਣਾ। ਇੱਕ ਦਿਨ ਸ਼ੇਰ ਅਤੇ ਸ਼ੇਰਨੀ ਸ਼ਿਕਾਰ ਲਈ ਨਿਕਲੇ ਤਾਂ ਥੋੜ੍ਹੀ ਦੇਰ ਬਾਅਦ ਵੱਡਾ ਬੱਚਾ ਛੋਟੇ ਨੂੰ ਕਹਿੰਦਾ ਚੱਲ ਆ, ਤੈਨੂੰ ਅੱਜ ਸੈਰ ਕਰਾ ਕੇ ਲਿਆਵਾਂ। ਗੁਫਾ ਵਿੱਚ ਬੈਠ ਬੈਠ ਕੇ ਮੈਂ ਤਾਂ ਅੱਕ ਗਿਆ, ਤੂੰ ਪਤਾ ਨਹੀਂ ਕਿਵੇਂ ਚੁੱਪ ਚਾਪ ਬੈਠਾ ਰਹਿੰਦਾ। ਤੈਨੂੰ ਪਤਾ ਹੈ ਮੰਮੀ ਪਾਪਾ ਨੇ ਇਕੱਲੇ ਬਾਹਰ ਘੁੰਮਣ ਤੋਂ ਮਨਾ ਕੀਤਾ, ਇਸ ਲਈ ਮੈਂ ਨਹੀਂ ਜਾਣਾ। ਛੋਟੇ ਨੇ ਵੱਡੇ ਨੂੰ ਆਪਣੇ ਮਾਂ ਪਿਓ ਦੀ ਚੇਤਾਵਨੀ ਯਾਦ ਕਰਾਈ। ਤੂੰ ਨਹੀਂ ਜਾਣਾ ਤਾਂ ਚੁੱਪ ਕਰਕੇ ਘਰ ਬੈਠ, ਮੈਂ ਤਾਂ ਘੁੰਮਣ ਚੱਲਿਆ, ਨਾਲੇ ਮੰਮੀ ਪਾਪਾ ਦੇ ਆਉਣ ਤੋਂ ਪਹਿਲਾਂ ਹੀ ਮੈਂ ਆ ਜਾਣਾ। ਵੱਡੇ ਦੇ ਸਿਰ 'ਤੇ ਬਾਹਰ ਇਕੱਲੇ ਘੁੰਮਣ ਦਾ ਫਤੂਰ ਚੜਿਆ ਹੋਇਆ ਸੀ। ਤੂੰ ਜਾਣਾ ਇਹ ਤਾਂ ਤੇਰੀ ਮਰਜ਼ੀ, ਪਰ ਮੈਂ ਮੰਮੀ ਪਾਪਾ ਨੂੰ ਜ਼ਰੂਰ ਦੱਸ ਦੇਣਾ ਕਿ ਤੂੰ ਇਕੱਲਾ ਬਾਹਰ ਗਿਆ ਸੈਂ। ਛੋਟਾ ਆਪਣੇ ਮਾਂ ਪਿਓ ਦਾ ਕਾਫ਼ੀ ਆਗਿਆਕਾਰੀ ਸੀ, ਇਸ ਲਈ ਉਸਨੇ ਵੱਡੇ ਨੂੰ ਸ਼ਿਕਾਇਤ ਦਾ ਡਰਾਵਾ ਦਿੱਤਾ। ਵੱਡਾ ਕਿਸੇ ਦੇ ਆਖੇ ਨਾ ਲੱਗਾ ਅਤੇ ਇਹ ਕਹਿੰਦਿਆਂ ਬਾਹਰ ਨਿਕਲ ਗਿਆ। ਸਾਰੇ ਜਾਨਵਰ ਤਾਂ ਸਾਡੇ ਕੋਲੋਂ ਡਰਦੇ ਨੇ, ਫਿਰ ਇਕੱਲਿਆਂ ਬਾਹਰ ਜਾਣ ਵਿੱਚ ਕੀ ਹਰਜ ਹੈ। ਉਸ ਦਿਨ ਕੁਝ ਸ਼ਿਕਾਰੀ ਜੰਗਲ ਵਿੱਚ ਆਏ ਹੋਏ ਸਨ। ਉਹ ਜਾਨਵਰਾਂ ਅਤੇ ਖਾਸ ਕਰਕੇ ਜਾਨਵਰਾਂ ਦੇ ਬੱਚਿਆਂ ਨੂੰ ਜਿਉਂਦੇ ਫੜ ਕੇ ਚਿੜੀਆ ਘਰ ਵਾਲਿਆਂ ਨੂੰ ਵੇਚ ਕੇ ਖੂਬ ਪੈਸੇ ਕਮਾਉਂਦੇ ਸਨ। ਇੱਕ ਸ਼ਿਕਾਰੀ ਦੀ ਨਜ਼ਰ ਇਕੱਲੇ ਘੁੰਮਦੇ ਸ਼ੇਰ ਦੇ ਬੱਚੇ 'ਤੇ ਪਈ ਤਾਂ ਉਹ ਖੁਸ਼ੀ ਵਿੱਚ ਨੱਚ ਉੱਠਿਆ। ਉਸਨੇ ਆਪਣੇ ਸਾਥੀਆਂ ਨੂੰ ਖਬਰ ਦਿੱਤੀ ਅਤੇ ਸ਼ੇਰ ਦੇ ਬੱਚੇ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਜਦੋਂ ਸ਼ੇਰ ਦਾ ਬੱਚਾ ਨੇੜੇ ਆਇਆ ਤਾਂ ਸ਼ਿਕਾਰੀਆਂ ਨੇ ਉਸ ਉੱਪਰ ਵੱਡੇ ਕੰਬਲ ਅਤੇ ਚਾਦਰਾਂ ਪਾ ਕੇ ਫੜ ਲਿਆ। ਹੁਣ ਉਹ ਨਾ ਆਵਾਜ਼ ਕਰ ਸਕਦਾ ਸੀ ਅਤੇ ਨਾ ਹੀ ਛਟਪਟਾ ਸਕਦਾ ਸੀ। ਸ਼ਿਕਾਰੀਆਂ ਨੇ ਉਸਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਜੀਪ ਵਿੱਚ ਸੁੱਟਿਆ ਅਤੇ ਸ਼ਹਿਰ ਲਿਆ ਕੇ ਇੱਕ ਚਿੜੀਆਘਰ ਵਾਲਿਆਂ ਨੂੰ ਵੇਚ ਦਿੱਤਾ। ਚਿੜੀਆਘਰ ਵਾਲਿਆਂ ਨੇ ਉਸਨੂੰ ਇੱਕ ਜੰਗਲੇ ਵਿੱਚ ਬੰਦ ਕਰਕੇ ਚਿੜੀਆਘਰ ਵਿੱਚ ਰੱਖ ਦਿੱਤਾ। ਬਹੁਤ ਸਾਰੇ ਲੋਕ ਅਤੇ ਬੱਚੇ ਚਿੜੀਆਘਰ ਵੇਖਣ ਆਉਂਦੇ। ਛੋਟੇ ਬੱਚਿਆਂ ਲਈ ਸ਼ੇਰ ਦਾ ਬੱਚਾ ਬੜੀ ਖਿੱਚ ਦਾ ਕਾਰਨ ਬਣ ਗਿਆ। ਹੁਣ ਉਹ ਸ਼ੇਰ ਦਾ ਬੱਚਾ ਆਪਣੇ ਕਿੱਤੇ 'ਤੇ ਬਹੁਤ ਪਛਤਾਉਂਦਾ। ਉਹ ਸੋਚਦਾ ਕਿ ਜੇ ਉਹ ਆਪਣੇ ਮਾਂ ਪਿਓ ਦੀ ਗੱਲ ਮੰਨ ਲੈਂਦਾ ਤਾਂ ਉਸਨੇ ਇਸ ਪਿੰਜਰੇ ਦੀ ਥਾਂ ਆਪਣੇ ਛੋਟੇ ਭਰਾ ਵਾਂਗ ਆਪਣੇ ਮਾਂ ਪਿਓ ਦੇ ਨਾਲ ਜੰਗਲ ਵਿੱਚ ਘੁੰਮਣਾ ਸੀ। ਹੁਣ ਜਦੋਂ ਵੀ ਉਸ ਦੁਆਲੇ ਬੱਚਿਆਂ ਦੀ ਭੀੜ ਜੁੱਟਦੀ ਹੈ ਤਾਂ ਉਹ ਉਹਨਾਂ ਨੂੰ ਵੇਖ ਕੇ ਮੂੰਹ ਵਿੱਚੋਂ ਗਰਰਾਉਂਦਾ ਹੈ। ਸ਼ਾਇਦ ਉਹ ਕਹਿ ਰਿਹਾ ਹੁੰਦਾ, ਮੇਰੇ ਪਿਆਰੇ ਭੈਣੋ ਅਤੇ ਭਰਾਓ, ਆਪਣੇ ਮਾਂ ਬਾਪ ਦੇ ਆਖੇ ਜ਼ਰੂਰ ਲੱਗਣਾ, ਇਹ ਨਾ ਹੋਵੇ ਕਿ ਤੁਹਾਨੂੰ ਵੀ ਮੇਰੇ ਵਾਂਗ
ਪਛਤਾਉਣਾ ਪਵੇ।